बापू हुण मैं मेहनत करके जो मिल वे पैसे हुए सारा कुछ बना लूंगा। बापू किथे आ चल मैं बाकी कितो होर कर लूं गल जाना चंगा कौन ले ਕਿੰਨੇ ਕੁ ਪੈ ਗਿਆ ਵੋਲਟ ਪੈ ਗਿਆ 2 ਲੱਖ ਚ ਵੋਲਟ ਦਾ ਯਾਰ
ਵਧੀਆ ਨਾ ਕਲਾਸਿਕ ਵਧੀਆ ਪਰ ਸ਼ਾਮ ਨੂੰ ਫਿਰ ਕਿਹੜੇ ਚ ਬੈਠਣਾ ਫਿਰ ਉੱਥੇ ਆਪਾਂ ਵਗਣੀਆਂ ਕੇ ਠੀਕ ਹੈ ਬਾਬਾ ਗੱਲ ਵਧੀਆ ਗੱਲ ਹੈ ਵਧਾਈਆਂ ਭਾਈ ਤੈਨੂੰ ਤਾਂ ਠੀਕ ਹੱਥ ਨੇ ਮਿਲਿਆ ਠੀਕ बापू ऐसे सारी जारी बेला फिरी जाते हैं पहले गल च उठा देकर बोल्ट मोटरसाइकिल ले लिया हूँ कहना मैं 855 लेना है यह बुरा लेके दूँ 855 सारी जारी जैसे बेला फिर जाएगा इधर ना गए इधर ना गए आप रुड़ा पता उंगली लाने की लात ही हूँ फिरी हो बुढ़े गल गल उठे दिता तोरता पता क्या उंगली ला गया पता इतों घूमता फिरी जानते कहते इधर ले जाता बोल्ट कहते इधर अच्छे दो बुढ़े गल उठा भी लेके 855 मैं अमरीके जा चुके ट्रैक्टर लिया आप भी नहीं लियाइए बापू ला दांगे काम करके जे काम करेगा तो ही है ना गल्ला ना तो नहीं लेने मैनूं नहीं पता बापू आप 855 लेके आना चल देख लांगे तेरे चाचे ने सलाह कर लूं फिर ठीक है ओ जगे हां वीरे कैसे पे आ बस भी पे थी मैं तो भी पे गई थी बस अच्छा पूरा दो दिन के सुखा खड़े पे आ हां की कहना कहना ट्रैक्टर लेके थी केड़ा ट्रैक्टर आ बड़ा 55 जेड़ा कहने 855 हां अच्छा ठीक है पुराना हो गया ट्रैक्टर चल नवा नवा ही होता है चल जानी हूं मैं पहला बोल्ट लेके दिता है ज्यादा कहती चल थोड़ा जो पैसे डुकर का भी देखना पैदा सही गल है ये बड़ा कह रहा है फिर ले दे चल ले दने फिर ता की है ले दने और फिर काम करी जाओ करी जाओ काम दा फिर करी जाओ हैं करी जाओ काम हुन उम्र है ले दने हां और जग्गा सा की हाल चाल है जी ठीक ठाक बढ़िया जी बढ़िया और पिंड दा बस बढ़िया जी फसल बाड़ी किवें है जी बस बढ़िया ठीक ठाक जी ठीक ठाक हां जी हां जी ओ किवें आवे होए बस जी मैं तो ही आया जी थोड़ा जा मुंडा खेड़े पे गया कहता ट्रैक्टर बदलना है हैगा सी टिका सी हैगा दी सेठ जी ट्रैक्टर तो फिर वो सारदा नहीं थी काम सारदा जी सब कुछ सारदा है मुंडा खेड़े पे गया मुंडा तो खेड़े पे गया मुंडा आजकल ऐसे ही नहीं मुंडे मुंडे इनो की करिए जी देखो पैसे तो जगह से तुम मिल जाएंगे अपनी पुरानी लिहाज आ पर मुंडे का ख्याल रखो मुंडे तो जी हुन ख्याल है मुंडे दा तो अपनी पुरानी लिहाज करके तेन पैसे दे रहा चलो जी थोड़ी मर्जी चार लख जगह से हाँ जी चलो ठीक है Thank you.
ਲੈਤਾ ਬੱਤ ਹੁਣ ਤੈਨੂੰ ਟਰੈਕਟਰ ਨਵਾਂ ਅੱਛਾ ਬਾਪੂ ਠੀਕ ਹੈ ਇਹ ਨਾ ਹੋਵੇ ਵੀ ਹੁਣ ਕੰਮ ਨਾ ਕਰੇ ਕਰੂੰਗਾ ਬਾਪੂ ਮਿਹਨਤ ਤੈਨੂੰ ਪੂਰੀ ਕਰਨੀ ਪਊਗੀ ਠੀਕ ਹੈ ਇਹ ਨਾ ਹੋਵੇ ਕਿਤੇ ਫੋਕੇ ਟੌਰ ਬਣਾਉਂਦਾ ਫਿਰੀ ਜਾਵੇਂ ਠੀਕ ਹੈ ਬਾਪੂ ਇਹ ਜਿਹੜੀ ਚੀਜ਼ ਮੰਗਦਾ ਪਹਿਲਾਂ ਤੈਨੂੰ ਵੋਟ ਲੈ ਕੇ ਦਿੱਤਾ ਫਿਰ ਤੈਨੂੰ ਟਰੈਕਟਰ ਲੈ ਕੇ ਦਿੱਤਾ ਆਪਦਾ ਸੰਭਾਲ ਕੇ ਰੱਖੀ ਫਿਰ ਮੇਰਾ ਬੋਲਿਆ ਯਾਰ ਠੀਕ ਹੈ ਬਾਅਦ ਫਿਰ ਤੰਗ ਹੋਵੇਗਾ ਤੂੰ ਜੇ ਨਾ ਕੰਮ ਦਿੱਤਾ ਠੀਕ ਹੈ ਬਾਪੂ दवाई नहीं चलती इन्हां दी चलती है जी दवाई अज लई नहीं सवेरे दवाई लैनी दी दवाई तुसी कातो छड़ती ਖਤਮ ਹੋ ਗਈ ਜੀ ਦਵਾਈ ਖਾ ਦਰਦ ਹੁੰਦਾ ਹੁਣ ਕਿੱਥੇ ਦਰਦ ਹੁੰਦਾ ਵੇਰ ਦੀ ਹੁੰਦਾ ਜੀ ਬਿਠਾ ਲਓ ਇੱਥੋਂ ਫੜ ਲਓ ਫੜ ਕੇ ਰੱਖ ਮੜਾ ਬੁੱਢਾ ਫੜ ਕੇ ਰੱਖ ਗਏ ਨੇ ਕਹਿੰਦੇ ਹਾਂ ਕੋਈ ਨਹੀਂ ਆਪਾਂ ਬੀਪੀ ਚੈੱਕ ਕਰਦੇ ਹਾਂ ਬਸ ਘਬਰਾਉਣ ਵਾਲੀ ਗੱਲ ਨਹੀਂ ਪਾਣੀ ਪਿਲਾਤਾ ਸੀ ਪਾਣੀ ਪਿਲਾਤਾ ਸਵੇਰੇ ਕੁਛ ਖਾਧਾ ਸੀ कोई नहीं टेंशन ना लिया तू ਨੂੰ ਪਤਾ ਹੀ ਹੈ ਜੀ ਹੋਰ ਟੈਨਸ਼ਨ ਉਹਨੂੰ ਗਿੰਦਾ ਕਿੱਥੇ ਆ ਕਿੱਥੇ ਆਪਣਾ ਉਹ ਸੁੱਖ ਕਿੱਥੇ ਆ ਉਹ ਖਬਰਾ ਕਿੱਥੇ ਜੀ ਉਹ ਫੋਨ ਨਹੀਂ ਕਰਿਆ ਉਹ ਕਰਿਆ ਤੀਜੀ ਚੱਕਦੀ ਨਹੀਂ ਹੈਗਾ ਫੋਨ ਬਾਹਰ ਅੰਦਰ ਫਿਰੀ ਜਾਂਦਾ ਉਹ ਯਾਰ ਇਹਦਾ ਗੌਰ ਕਰੋ ਵਿਚਾਰੇ ਦੀ ਯਾਰ ਤਾਂ ਹੁਣ ਟੁੱਟਾਂ ਦੀ ਤਾਂ ਪ੍ਰੋਬਲਮ ਹੈ ਇਹਨੂੰ ਬਹੁਤ ਜ਼ਿਆਦਾ ਗੋਲੀ ਚੂਸ ਲਓ ਮੂੰਹ ਚ ਪਾ ਲਓ ਚੂਸ ਲਓ ਜੀ ਥੱਲੇ ਧਰ ਲਓ ਜੀ ਬਸ ਲੱਗਦਾ ਨਾ ਮੁੰਡੇ ਨੂੰ ਮੈਂ ਕਰ ਲੂੰ ਫੋਨ ਉਹਨੂੰ ਹੈ ਨਾ ਉਹਨੂੰ ਕਰਨਾ ਫੋਨ ਉਹਨੂੰ ਬਸ ਰਹਿਣ ਦੇ ਨਹੀਂ ਫਿਰ ਤੂੰ ਔਖਾ ਯਾਰ ਇਹ ਤਾਂ ਤੇਰੀ ਦਵਾਈ ਚੱਲਦੀ ਆ ਦਵਾਈ ਤਾਂ ਤੇਰੀ ਠੀਕ ਹੈ ਜਿਹੜੀ ਅੱਜ ਹੈ ਕਿੱਥੇ ਉਹ ਖਬਰਾਂ ਕਿੱਥੇ ਕਹਿੰਦੇ ਯਾਰ ਇਹਨੂੰ ਲੈ ਕੇ ਜਾਓ ਪਟਿਆਲੇ ਜਿੱਥੋਂ ਦਵਾਈ ਚੱਲਦੀ ਆ ਨਾ ਦਿਖਾ ਦਿੰਦੇ ਜੀ ਪਟਿਆਲੇ ਦਿਖਾ ਦਿੰਦੇ ਹਾਂ ਪਟਿਆਲੇ ਦਿਖਾਓ ਜਿੱਥੇ ਕੋਲੰਬੀਆ ਚੋਂ ਡਾਕਟਰ ਦੀ ਦਵਾਈ ਠੀਕ ਲਿਖੀ ਹੋਈ ਹੈ ਸਾਰੇ ਬਿਮਾਰ ਲਿਆ ਮੈਂ ਹਾਂ ਕੋਈ ਨਹੀਂ ਤੁਸੀਂ ਉਹਨੂੰ ਜਾ ਕੇ ਪਾਓ ਮੈਂ ਗਿੰਦੇ ਨੂੰ ਉਹਨੂੰ ਕਰਦਾ ਫੋਨ ਸੁੱਖ ਨੂੰ ਠੀਕ ਹੈ ਠੀਕ ਹੈ ਜੀ ਹਾਂ ਆਪਾਂ ਜਿਵੇਂ ਵੀ ਆ ਫਿਰ ਮੈਂ ਉਹਨਾਂ ਨਾਲ ਕਰਦਾ ਤਾਲਮੇਲ ਉਹਨੂੰ ਮੈਂ ਬੁਲਾਉਣਾ ਕੋਈ ਨਹੀਂ ਹੋਰ ਹੀ ਲੈ ਕੇ ਜਾਓ ਬੀਪੀ ਥੋੜਾ ਜ਼ਿਆਦਾ ਮੈਂ ਸਮਝਾਉਣਾ ਫਿਰ 5 ਵਜੇ ਡਾਕਟਰ ਬੈਠਦਾ 2:30 ਵਜੇ ਠੀਕ ਹੈ ਜੀ ਹਾਂ 5 ਤੋਂ 7 ਵਜੇ ਤੱਕ ਆਪਾਂ ਅਪਾਇੰਟਮੈਂਟ ਲੈ ਲੈਣੇ ਡਾਕਟਰ ਤੋਂ ਠੀਕ ਹੈ ਜੀ ਮੈਂ ਬਖਸ਼ ਲੂ ਨਾਲ ਕੋਈ ਗੱਲ ਨਹੀਂ ਹਾਂ ਦੇਖ ਨਾਲ ਦੋ ਜੀ ਕੋਈ ਨਹੀਂ ਮੈਂ ਦੇਖਦਾ ਹਾਂ ਨਾ ਠੀਕ ਹੈ ਜੀ ਹਾਂ ਠੀਕ ਹੈ ਹੌਲੀ ਲੈ ਕੇ ਜੀ ਠੀਕ ਹੈ ਧਿਆਨ ਨਾਲ ਥੋੜਾ ਜਿਹਾ ਹਾਂ ਹਾਂ ਮੈਂ ਕਰਦਾ ਉਹਨੂੰ ਬੁਲਾਉਣਾ ਮੈਂ ਉਰੇ ਹੈਲੋ ਸੁੱਖ ਸਤਿ ਸ਼੍ਰੀ ਅਕਾਲ ਕਿੱਥੇ ਆ ਤੇਰੇ ਡੈਡੀ ਨੇ ਵੀ ਫੋਨ ਕਰਿਆ ਸੀ ਚੱਕਿਆ ਨਹੀਂ ਤਾਂ ਫੋਨ ਉਹਦਾ ਚੱਲ ਹੋ ਰਿਹਾ ਹੁਣੇ ਦੁਕਾਨ 'ਤੇ ਆ 5 ਮਿੰਟਾਂ 'ਚ ਹਾਂ ਹੁਣ ਸਿੱਧੇ ਹੀ ਆਏ ਠੀਕ ਹੈ ਓਕੇ
इलाज कराओ यार हार्ट की प्रॉब्लम स्टंट पऊ अच्छा जी आप डॉक्टर तो टाइम लेने पैसे का हीला करो तो बेचारा आड़ती को मिले नहीं कितों पैसा वो तो कहना मेरे मुंडे नहीं उड़ाते तैं बुलट की करना ती हूँ अच्छा जी सरदा नहीं तेरा बुलट किनी शौक ठीक शौक तो ठीक है तेरा शौक भी बहुत वधिया घर प्रॉपर्टी देख तेरा बुलट वाला कम है तू देख वो बेचारा मेहनत करता दिन रात उन्होंने प्रॉब्लम आ गई टेंशन ले गया बहुत ज्यादा वो अच्छा जी उन्होंने गिंदा लेके आया तो सुनया नहीं हूँ मैं घर भेजता वो ठीक आप डॉक्टर तो टाइम लें ठीक वो स्टंट वगैरह पो मैं लगता डॉक्टर ने लिखे हुआ रिपोर्ट चा देख कि खर्चा जी खर्चा घट्टो घट डेढ़ लख रुपया लगू डेढ़ लख डेढ़ लख देख तेन बापू चाहिए नहीं जे तो फिर तो डेढ़ लख का रहन देला जे तेन बापू चाहिए फिर डेढ़ लख का हीला करना पू कितों मर्जी कर बापू ही चाहिए तेन बापू ने ऐस करा दी फुल कराई कि नहीं फिर हाँ बुलट भेज जो मर्जी कर तेरे बापू का हीला कर यार बेचारा मरजू तेरा वो कि तू रुल जाएगा तेन ट्रैक्टर दवाता बुलट दवाता कदम तेरे ऐस प्रस्ती कपड़े मांगता तेन कपड़े दवा है ना कम तू करता नहीं चंगे बंद दोस्ती रख वधिया बंद यह सड़ते जी मंडीर इन्होंने तेरा कोई वो नहीं करना सही गल है जी तू वह हीला कर आप डॉक्टर तो टाइम लें मैं चलूँ तेरे पांच बजे बैठता डॉक्टर ठीक है ठीक है आप दिखा के ऑपरेशन वगैरह कराओ यार बेचारा नहीं बहुत औखा अच्छा पर रो रहा थी हूँ ठीक है तू घरे गया नहीं है ना ना मैं हूँ सीधे आया तुझे बुलाया हाँ घरे जा यार तू तो देखभाल कर आप दो घंटे तक लेके जाने ठीक है जो कोई है जी बुलट ला के बेच लें फिर बुलट आप बुलट तो बका दें बका पुछ लें आप ला लो हाँ ये की करना लोहा तेरे बापू का आप इलाज कराइए कोई गल नहीं बदल कटन के आप ला देंगे मैं दे दूँ पैसे कोई गल नहीं है यार होर बेचारे का आप इलाज करा देंगे मैं बुलट का पुछा मुंडे नूं कहिंदा सी मैनूं उरे उहनां दा मुंडा ठीक है खारे वालां दे कह रहा सी मैं पुछ लैणा एक मिनट च हां जी हां जी की हाल आ लैणा बुलट अपने पिंडे आ इत्थी ओ लोड़ आ यार बेचारे नूं उहनूं मुंडे नूं अपने अपने जग्गे दा मुंडा बेच रहा सुख आ जाओ कोई नहीं मैं दुकान थी हाँ तेरे डैडी ले कोई नहीं कर लेंगे आप देख लेंगे मोटरसाइकिल तो नवा ही है तेनों पता ही है ठीक है आ जाओ ओके 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 चल हूँ होगी गल ठीक है आने ठीक है आप फिर करिए यार हीला वह बजा इलाज कराइए ठीक है ध्यान चलिया कर सुख ठीक है ध्यान चलो हाँ जरूरी है देख सारा कुछ यार तेरे बापू ना लिया हाँ है कि नहीं तो तू मन गल हाँ बस ध्यान रखनी है ठीक है ध्यान रखा कर भाई ठीक कम धंधा कराया कर कराया कर नाल बड़ा तू वेला रहना बहुत ज्यादा काम कराया कर नाल अच्छा हाँ जी डॉक्टर साहब किवें बुलाए हो जी मोटरसाइकिल हाँ जी हाँ जी अच्छा जी हाँ देख लिया जी मोटर ठीक है मोटरसाइकिल ठीक है ना मुंडा अपना किन्ने मॉडल है जी किन्ने मॉडल है 21 है 21 मॉडल हां आ पिछले साल वाली है हां चलो साफ है वधिया मोटर हां ये तो संभाल के चलाऊंगा मुंडा अच्छा बेचना हुण तुसीं ने हां बेचना जी ने ओ मैनूं बुलाया फिर तुसीं नूं दसो भी बगेला कित्थे है बगेला पटियाले पढ़न गया होया अच्छा वो तो उत्थे ही रहंदा उन्हें भेजा मैं
ਅੱਛਾ ਅੱਛਾ ਮੈਂ ਕਰਿਆ ਤੂੰ ਫੋਨ ਹਾਂ ਉਹਨੇ ਭੇਜਿਆ ਵੀ ਜਾ ਕੇ ਮੋਟਰਸਾਈਕਲ ਤੇ ਉੱਥੇ ਜਾ ਕੇ ਦੇਖ ਕੇ ਦੇਖ ਹਾਂ ਠੀਕ ਹੈ ਕਿੰਨੇ ਪੈਸੇ ਲੈਣੇ ਨੇ ਤਾਂ ਹਾਂ ਬਾਈ 1.5 ਲੱਖ ਦੇ ਨੇ 2 ਦਾ ਘਟਾਇਆ ਤੀ ਬਈ ਹੁਣ ਦੇਖ ਕੇ ਇਹ ਪੁਰਾਣਾ ਚਾਹੇ ਕਰ ਮਰਜੀ ਹੈ ਇਹਦਾ ਹੁਣ ਇਹ ਰੇਟ ਨਹੀਂ ਇੰਨਾ ਹੈਗਾ ਘੱਟ ਕਰੋ ਥੋੜਾ ਜਿਹਾ ਤੈਨੂੰ ਇੱਕੋ ਗੱਲ ਹੈ ਆਪਣਾ ਫਰਕ ਹੈ ਕੋਈ ਤੂੰ ਵੀ ਜਾਣਦਾ ਜਾਹਿਰ ਵੀ ਜਾਣਾ ਲਓ ਜੀ ਆਹ ਫੜ ਸੁੱਖ 1,45,000 ਰੁਪਏ ਤੈਨੂੰ ਦਵਾ ਦਿੰਦੇ ਆ ਠੀਕ ਹੈ ਬਾਬਾ ਜੀ ਠੀਕ ਹੈ ਜੀ ਚਲੋ ਹਾਂ ਠੀਕ ਹੈ ਜੀ ਠੀਕ ਹੈ ਉਹ ਬੈਠਾ ਬਾਪੂ ਮਥਾ ਠੀਕ ਹੋਏ ਤੇ ਹੁਣ ਫੇਰ ਮੋਟਰ ਤੇ ਆ ਗਿਆ ਚੱਲ ਦੇਖਦਾ ਬਾਪੂ ਨੂੰ ਬਾਪੂ ਕਾਹਦਾ ਬਿਮਾਰ ਹੋ ਗਿਆ ਸੀ ਆ ਕਣਕੀ ਮਾੜੀ ਰਹਿ ਗਈ ਬਾਪੂ ਇੱਥੇ ਕੀ ਕਰਦਾ ਹਾਂ ਭਾਈ ਬਿਮਾਰ ਦੀ ਤੂੰ ਘਰੇ ਆਰਾਮ ਕਰ ਲੈਂਦਾ ਉਹ ਕੋਈ ਨਾ ਭਾਈ ਬਿਮਾਰ ਨੂੰ ਕੀ ਹੈ ਘਰੇ ਮੇਰਾ ਜੀ ਘੱਟ ਲੱਗਦਾ ਅੱਛਾ ਬਾਪੂ ਫੇਰ ਵਾਹ ਚੱਲ ਮੈਂ ਲਾਈਟ ਚੱਲਦੀ ਹੈ ਦੋ ਘਰੇ ਭਰ ਦਿੰਦਾ ਉੱਤੇ ਮਸ਼ੀਨ ਭਰਨ ਵਾਲਾ ਦੀ ਠੀਕ ਆ ਬਾਪੂ ਸੁੱਖ ਮੋਟਰਸਾਈਕਲ ਦਾ ਪੁੱਤ ਹਾਂ ਬਾਪੂ ਬਲਟ ਬੇਇੱਜ਼ਤੀ ਦੀ ਬਾਪੂ ਜਦੋਂ ਤੂੰ ਬਿਮਾਰ ਹੋ ਗਿਆ ਸੀ ਅੱਛਾ ਹਾਂ ਮੈਨੂੰ ਨਹੀਂ ਪਤਾ ਉਹ ਮੈਂ ਬੇਇੱਜ਼ਤੀ ਦੀ ਬਾਪੂ ਵੀ ਪੈਸਾ ਨਾ ਹੈਗਾ ਨਹੀਂ ਤੇ ਲਵੇ ਉਹ ਤਾਂ ਤੈਨੂੰ ਦੱਸੇ ਦੀ ਤੈਨੂੰ ਮੈਂ ਥੋੜਾ ਸਮਝਾਇਆ ਹਾਂ ਬਾਪੂ ਹੁਣ ਮੈਨੂੰ ਸਮਝ ਲੱਗ ਗਈ ਫੋਕੀ ਟੋਰਾ ਦਾ ਕੋਈ ਫਾਇਦਾ ਨਹੀਂ ਹੈਗਾ ਬਹੁਤ ਫੋਕੀ ਟੋਰਾ ਮਾਰ ਗਿਆ ਤੂੰ ਪਹਿਲਾਂ ਬੁੱਟ ਵੇਲੇ ਤਾਂ ਮੈਨੂੰ ਬਹੁਤ ਹੈਰਾਨ ਕਰਿਆ ਹਾਂ ਬਾਪੂ ਫੇਰ ਟਰੈਕਟਰ ਵੇਲੇ ਦੇਖ ਲੈ ਤਾਂ ਕਿੰਨਾ ਕਰਿਆ ਬਾਪੂ ਹੁਣ ਮੈਂ ਮਿਹਨਤ ਕਰਕੇ ਜਦੋਂ ਮੇਰੇ ਲਵੇ ਪੈਸੇ ਹੋਏ ਸਾਰਾ ਕੁਝ ਬਣਾ ਲਊਗਾ ਤੇ ਅੱਜ ਤੋਂ ਬਾਅਦ ਮੈਂ ਫੁਕਰੇ ਮੁੰਡਿਆਂ ਨਾਲ ਨਹੀਂ ਰਲਦਾ ਹੈਗਾ ਤੇ ਫੋਕੀ ਟੋਰਾ ਨਹੀਂ ਹੁਣ ਮਾਰੂੰਗਾ ਬਾਪੂ ਵਧੀਆ ਰਹੇਗਾ ਪੁੱਤ ਬਚ ਰਹੇਗਾ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜਿਵੇਂ ਮੇਰਾ ਮੁੰਡਾ ਸੁਧਰਿਆ ਸਭ ਦੇ ਮੁੰਡੇ ਇਸ ਤਰ੍ਹਾਂ ਹੀ ਸੁਧਰਨ ਇਹਨਾਂ ਫੁੱਕੀਆਂ ਟੋਰਾਂ 'ਚ ਕੁਛ ਨਹੀਂ ਰੱਖਿਆ ਹਾਂਜੀ ਸਤਿ ਸ਼੍ਰੀ ਅਕਾਲ ਗਾਈਜ਼ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਆ ਸਾਰੇ ਵਧੀਆ ਹੋਣਗੇ ਤੁਹਾਨੂੰ ਕਿੱਦਾਂ ਲੱਗੀ ਸਾਡੀ ਵੀਡੀਓ ਉਮੀਦ ਆ ਵਧੀਆ ਲੱਗੀ ਹੋਊਗੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਜੇਕਰ ਤੁਸੀਂ ਸਾਡੀ ਇੱਦਾਂ ਹੀ ਨਵੀਆਂ ਤੋਂ ਨਵੀਆਂ ਵੀਡੀਓਆਂ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜਿਹੜੇ ਵੀਰ ਚੈਨਲ 'ਤੇ ਨਵੇਂ ਆਏ ਨੇ ਅਤੇ ਬੈਲ ਆਈਕਨ ਬਟਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਤੁਹਾਡੇ ਕੋਲ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨਾਂ ਜਲਦੀ ਪਹੁੰਚ ਸਕਣ ਤੁਹਾਡੇ ਵਾਸਤੇ ਇੱਦਾਂ ਹੀ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ